ਹੈਲੋ 올 ਆਫ ਯੂ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੇ ਆਪਣੇ ਨੋਟਸ ਹੈਗੇ ਆ ਜੀ ਪੀਐਸ ਟੈਟ ਦੇ ਨਾਲ ਸੰਬੰਧਤ ਪੀਐਸ ਟੈਟ ਦਾ ਐਸਐਸਟੀ ਸਬਜੈਕਟ ਹੈ ਤੇ ਐਸਐਸਟੀ ਸਬਜੈਕਟ ਦਾ ਸਬਸਬਜੈਕਟ ਹੈ ਜੀ ਜੀਓਗ੍ਰਾਫੀ ਉਹਦੇ ਨਾਲ ਸੰਬੰਧਤ ਇਹ ਨੋਟਸ ਹੈ ਜੀ ਆਪਾਂ ਅੱਜ ਦੇ ਜੋ ਨੋਟਸ ਹੈ ਜੀ ਆਪਣੇ ਇਹਦੇ ਵਿੱਚ ਆਪਾਂ ਗਲੋਬ ਦੇ ਬਾਰੇ ਦੇ ਵਿੱਚ ਜਿਹੜੀ ਗੱਲ ਆ ਉਹ ਕਰਨੀ ਹੈ ਬਟ ਗੋਲੋਬ ਦੇ ਥਰੂ ਆਪਾਂ ਕਿਵੇਂ ਕਿਸੇ ਦਾ ਜਿਹੜਾ ਏ ਸਮੇਂ ਦੇ ਬਾਰੇ ਦੇ ਵਿੱਚ ਜਿਹੜਾ ਪਤਾ ਏ ਉਹ ਲਗਾ ਪਾਉਨੇ ਆ ਆਪਾਂ ਨੂੰ ਉੱਥੋਂ ਦੇ ਜਿਹੜੇ ਟਾਈਮ ਦਾ ਜਿਹੜਾ ਪਤਾ ਏ ਉਹ ਲੱਗਦਾ ਤੁਹਾਨੂੰ ਪਤਾ ਹੀ ਹੈ ਜੀ ਹਰ ਇੱਕ ਜਿਹੜਾ ਕੰਟਰੀ ਦਾ ਜਿਹੜਾ ਸਮਾਂ ਏ ਉਹ ਅਲੱਗ ਹੈ ਆਸਟ੍ਰੇਲੀਆ ਦਾ ਆਪਣੇ ਨਾਲੋਂ ਅਲੱਗ ਹੈ ਕੈਨੇਡਾ ਦਾ ਅਲੱਗ ਹੈ ਯੂ ਐਸ ਏ ਦਾ ਅਲੱਗ ਹੈ ਠੀਕ ਹੈ ਹਰ ਇੱਕ ਕੰਟਰੀ ਦਾ ਸਮਾਂ ਅਲੱਗ ਹੈ ਹੈਨਾ ਜਾਂ ਤਾਂ ਅੱਗੇ ਹੁੰਦਾ ਜਾਂ ਜਿਹੜਾ ਪਿੱਛੇ ਹੁੰਦਾ ਸੋ ਸਾਰੇ ਸਮੇਂ ਦਾ ਆਪਾਂ ਜਿਹੜਾ ਪਤਾ ਏ ਉਹ ਕਿਵੇਂ ਲਗਾ ਪਾਉਣੀ ਆ ਠੀਕ ਹੈ ਉਹਦੇ ਜਿਹੜੇ ਕਾਰਨ ਕੀ ਸੀਗੇ ਕਿ ਇਦਾਂ ਜਿਹੜਾ ਸਮਾਂ ਉਹ ਆਪਾਂ ਜਿਹੜਾ ਪਤਾ ਲਗਾ ਪਾਉਣੀ ਆ ਠੀਕ ਹੈ ਕਿਉਂ ਅਜਿਹਾ ਜਿਹੜਾ ਇੱਕ ਜਿਹੜਾ ਇਹ ਫਾਰਮੂਲਾ ਉਹ ਬਣਾਇਆ ਗਿਆ ਜਿੰਦੇ ਜੜੀਏ ਸਾਨੂੰ ਜਿਹੜਾ ਸਮੇਂ ਦਾ ਜਿਹੜਾ ਪਤਾ ਏ ਉਹ ਲੱਗਣ ਲੱਗ ਗਿਆ ਸੋ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਕਰਾਂਗੇ ਆਪਾਂ ਇਸ ਇਨ੍ਹਾਂ ਨੋਟਸ ਦੇ ਵਿੱਚ ਇੰਪੋਰਟੈਂਟ ਜਿਹੜੀਆਂ ਗੱਲਾਂ ਨੇ ਉਹ ਵੀ ਆਪਾਂ ਜਿਹੜੀਆਂ ਇਸ ਜਿਹੜਾ ਵੀਡੀਓ ਦੇ ਵਿੱਚ ਜਿਹੜੀਆਂ ਕਰਾਂਗੇ ਠੀਕ ਹੈ ਤੇ ਪਲੇਲਿਸਟ ਆਪਣੀ ਅਲੱਗ ਤੋਂ ਬਣੀ ਹੋਈ ਆ ਜਿੰਦੇ ਵਿੱਚ ਤੁਹਾਨੂੰ ਜਿਹੜੇ ਨੋਟਸ ਜਿਹੜੇ ਆ ਉਹ ਮੈਂ ਪ੍ਰੋਵਾਈਡ ਕਰਵਾ ਰਹੀ ਆ ਫਿਰ ਸੀਕੁਐਂਸ ਵਾਈਜ਼ ਜਿਹੜੀਆਂ ਵੀਡੀਓਜ਼ ਆ ਉਹ ਮੈਂ ਅਪਲੋਡ ਕੀਤੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਜ਼ਰੂਰ ਦੇਖ ਲਓ ਤੁਹਾਡੀ ਜ਼ਰੂਰ ਜਿਹੜੀ ਹੈਲਪ ਹੈ ਉਹ ਹੋਵੇਗੀ ਇੱਕ ਜਿਹੜਿਆ ਡਾਇਗਰਾਮ ਆ ਛੋਟੀ ਜੀ ਇਹਦੇ ਬਾਰੇ ਦੇ ਵਿੱਚ ਆਪਾਂ ਜਿਹੜੀ ਆ ਬਾਅਦ ਦੇ ਵਿੱਚ ਜਿਹੜੀ ਗੱਲ ਆ ਉਹ ਕਰਾਂਗੇ ਤੁਹਾਪਾ ਸਿੱਧੀ ਜੇਕਰ ਆਪਾਂ ਜਾਣੇ ਆ ਜੀ ਸਿੱਧਾ ਆਈਟੀਜ਼ ਜਿਹੜੀ ਕਿ ਟਾਈਮ ਦੇ ਨਾਲ ਸੰਬੰਧਿਤ ਹੈ ਜੀ ਠੀਕ ਹੈ ਆਈਟੀ ਆਈਟੀਜ਼ ਠੀਕ ਹੈ ਇਹ ਸਮੇਂ ਦੇ ਨਾਲ ਟਾਈਮ ਦੇ ਨਾਲ ਸੰਬੰਧਿਤ ਹੈ ਠੀਕ ਹੈ ਜੀ ਇਹਦੀ ਫੁੱਲ ਫਾਰਮ ਪੁੱਛ ਲੈਂਦੇ ਆ ਕਿ ਵੀ ਦਾ ਫੁੱਲ ਫਾਰਮ ਜਿਹੜੀ ਤੁਹਾਨੂੰ ਪਤਾ ਹੋਣਾ ਚਾਹੀਦੀ ਹੈ ਇਹਦੀ ਫੁੱਲ ਫਾਰਮ ਕੀ ਹੈ ਇੰਟਰਨੈਸ਼ਨਲ ਟਾਈਮ ਜ਼ੋਨ ਇਹਨੂੰ ਕਿਹਾ ਜਾਂਦਾ ਹੈ ਠੀਕ ਹੈ ਤੇ ਇਹਨੂੰ ਜਿਹੜਾ ਐ ਅਸੀਂ GMT ਦੇ ਨਾਮ ਦੇ ਨਾਲ ਵੀ ਜਿਹੜਾ ਜਾਣਦੇ ਹਾਂ GMT ਵੀ ਇਹਨੂੰ ਜਿਹੜਾ ਕਹਿ ਦਿੱਤਾ ਜਾਂਦਾ GMT ਠੀਕ ਹੈ GMT ਦੀ ਫੁੱਲ ਫਾਰਮ ਕੀ ਹੈ ਗ੍ਰੀਨਵਿਚ ਮੈਰੀਡੀਅਨ ਟਾਈਮਲਾਈਨ ਠੀਕ ਹੈ ਦੋ ਇਥੇ ਨੇਮ ਆਏ ਇੱਕ ਤਾਂ ITZ ਇੰਟਰਨੈਸ਼ਨਲ ਟਾਈਮ ਜ਼ੋਨ ਇੱਕ GMT GMT ਕੀ ਹੈ ਗ੍ਰੀਨਵਿਚ ਮੈਰੀਡੀਅਨ ਟਾਈਮਲਾਈਨ ਇਹ ਦੋ ਚੀਜ਼ਾਂ ਨੇ ਪਹਿਲਾਂ ਤੁਹਾਨੂੰ ਇਹਨਾਂ ਦੇ ਨਾਮ ਪਤਾ ਹੋਣੇ ਚਾਹੀਦੇ ਨੇ ਤੇ ਕਿਉਂਕਿ ਕੁਐਸਚਨ ਇਥੋਂ ਜਿਹੜੇ ਪੁੱਛੇ ਜਾਂਦੇ ਨੇ ਠੀਕ ਹੈ ਜੀ ਐਮ ਟੀ ਤੇ ਆਈ ਟੀ ਜ਼ेड ਇੰਟਰਨੈਸ਼ਨਲ ਟਾਈਮ ਜ਼ੋਨ ਤੇ ਜੀ ਐਮ ਟੀ ਗ੍ਰੀਨਵਿਚ ਮੈਰੀਡਨ ਟਾਈਮ ਲਾਈਨ ਹੁਣ ਅੱਗੇ ਗੱਲ ਆ ਜਾਂਦੀ ਹੈ ਜੀ ਜੀ ਐਮ ਟੀ ਜਿਹੜਾ ਪੁਆਇੰਟ ਹੈ ਇਹ ਹੈ ਕਿੱਥੇ ਹੈ ਤੇ ਇਹ ਹੈਗਾ ਜੀ ਲੰਡਨ ਦੇ ਵਿੱਚ ਜੀ ਐਮ ਟੀ ਪੁਆਇੰਟ ਹੈ ਜਿੱਥੋਂ ਆਪਾਂ ਨੂੰ ਜਿਹੜੇ ਟਾਈਮ ਦੇ ਬਾਰੇ ਦੇ ਵਿੱਚ ਜਿਹੜਾ ਪਤਾ ਇਹ ਲੱਗਦਾ ਵਾ ਇਹ ਕਿੱਥੇ ਹੈ ਜੀ ਪੁਆਇੰਟ ਲੰਡਨ ਦੇ ਵਿੱਚ ਠੀਕ ਹੈ ਜੀ ਜੇਕਰ ਆ ਇੱਕ ਡਾਇਗ੍ਰam ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਆਹ ਵਾਲਾ ਜਿਹੜਾ ਪੁਆਇੰਟ ਹੈ ਇਹਨੂੰ ਜਿਹੜਾ ਲੰਡਨ ਹੈ ਠੀਕ ਹੈ ਇਹ ਆ ਗਿਆ ਜੀ ਜੀਐਮਟੀ ਜਿਹੜਾ ਪੁਆਇੰੰਟ ਠੀਕ ਹੈ ਜੀ ਨੈਸ ਪਹਿਲਾਂ ਤਾਂ ਤੁਹਾਨੂੰ ਇਹ ਜਿਹੜੀਆਂ ਮੇਨ ਚੀਜ਼ਾਂ ਪਤਾ ਹੋਣੀ ਚਾਹੀਦੀਆਂ ਜੀਐਮਟੀ ਪੁਆਇੰਟ ਕਿੱਥੇ ਹੈ ਜੀ ਲੰਡਨ ਦੇ ਵਿੱਚ ਗਲੋਬ ਦਾ ਸਰਕਲ ਕਿੰਨਾ ਹੁੰਦਾ ਜੀ ਪੂਰਾ ਆਪਾਂ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਐ ਤਾਂ ਗਲੋਬ ਦਾ ਜੇਕਰ ਟੋਟਲ ਜੇਕਰ ਸਰਕਲ ਦੀ ਗੱਲ ਕਰੀਏ ਤਾਂ ਇਹ ਜਿਹੜਾ ਟੋਟਲ ਜਿਹੜਾ ਸਰਕਲ ਹੈ ਉਹ ਹੁੰਦਾ ਜੀ 360 ਡਿਗਰੀ ਠੀਕ ਹੈ ਜੀ ਗਲੋਬ ਦਾ ਟੋਟਲ ਸਰਕਲ ਕਿੰਨਾ ਹੁੰਦਾ ਜੀ 360 ਡਿਗਰੀ ਜੀ ਅਮਟੀ ਪੁਆਇੰਟ ਲੰਡਨ ਦੇ ਵਿੱਚ ਆ ਇਸ ਗਲੋਬ ਦਾ ਟੋਟਲ ਸਰਕਲ ਜਿਹੜਾ ਹੁੰਦਾ ਜੀ ਉਹ ਹੁੰਦਾ ਜੀ 360 ਡਿਗਰੀ ਠੀਕ ਹੈ ਜੀ اسی 1.0 دوسرے پوائنٹ ਦੇ حساب ਨਾਲ 1 ਡਿਗਰੀ ਜਿਹੜਾ موਵ ਹੈ ਉਹ ਹੋ ਜਾਣੇ। ਜੇਕਰ ਅੰਦਰ ਜਿਹੜੇ ਸਰਕਲ ਦੀ ਗੱਲ ਕਰੀਏ ਨਾ ਤੇ ਇਹਦਾ ਸਰਕਲ ਕਿੰਨਾ ਜੀ 360 ਡਿਗਰੀ 360 ਡਿਗਰੀ ਕਿਵੇਂ ਹੋ ਗਿਆ ਜੀ? ਇਦਾਂ ਕਰਕੇ 1 2 3 4 5 6 7 8 9 ਮਤਲਬ ਇਦਾਂ ਕਰਕੇ। ਠੀਕ ਹੈ ਇਹ ਮਤਲਬ ਪੂਰਾ ਜਿਹੜਾ ਕਿ ਸਰਕਲ ਹੈ ਕਿੰਨੇ ਦਾ ਹੋ ਗਿਆ 360 ਇੱਥੇ ਜਿਹੜਾ ਆਖਰੀ ਪੁਆਇੰਟ ਹੋਊਗਾ ਇਹ ਕਿਹੜਾ ਹੋਊਗਾ ਜੀ? 360 ਡਿਗਰੀ। ਕਿ ਕਿ ਪੂਰਾ ਕਿੰਨੇ ਦਾ ਹੈ ਕਿ ਸਰਕਲ ਆ ਪੂਰਾ 360 ਡਿਗਰੀ ਦਾ ਠੀਕ ਹੈ ਜੀ ਐਸੀ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਇੱਕ ਡਿਗਰੀ ਜਿਹੜਾ ਮੂਵ ਹੈ ਉਹ ਹੋ ਜਾਂਦੀ ਹੈ ਜੇਕਰ ਐਸੀ ਇਹ ਜਿਹੜੇ ਪੁਆਇੰਟ ਜਿਹੜੇ ਬਣੇ ਹੋਏ ਹਨਾ ਜੀ ਜਿਹੜੇ ਏਜ ਵਾਲੇ ਜਿਹੜੇ ਪੁਆਇੰਟ ਹੈ ਜਿਵੇਂ ਆ ਇੱਕ ਜਿਹੜਾ ਸਰਕਲ ਹੈ ਤੇ ਆ ਵਾਲੇ ਜਿਹੜੇ ਪੁਆਇੰਟ ਹੈ ਜੀ ਇਹ ਇੱਕ ਜਿਹੜੀ ਵਿੱਚ ਦੇਖਾਓਗੇ ਤੇ ਆ ਵਾਲੇ ਜਿਹੜੇ ਪੁਆਇੰਟ ਹੈ ਨਾ ਜੀ ਪੁਆਇੰਟ ਜੇਕਰ ਆਪਾਂ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੱਕ ਜਿਹੜਾ ਮੂਵ ਹੁੰਨੇ ਆ ਠੀਕ ਹੈ ਤੇ ਇੱਕ ਪੁਆਇੰਟ ਤੋਂ ਦੂਸਰੇ ਪੁਆਇੰਟ ਤੇ ਆਪਾਂ ਜਿਹੜਾ ਮੂਵ ਹੁੰਨੇ ਆ ਤਾਂ ਇਹਦੇ ਨਾਲ ਕੀ ਆਪਾਂ 1 ਡਿਗਰੀ ਮੂਵ ਹੁੰਨੇ ਆ ਇੱਕ ਪੁਆਇੰਟ ਤੋਂ ਜਦੋਂ ਦੂਸਰੇ ਪੁਆਇੰਟ ਤੇ ਆਪਾਂ ਮੂਵ ਹੁੰਨੇ ਆ ਤਾਂ ਆਪਾਂ ਕਿੰਨਾ ਮੂਵ ਹੁੰਨੇ ਆ ਜੀ 1 ਡਿਗਰੀ ਮੂਵ ਹੁੰਨੇ ਆ ਠੀਕ ਹੈ ਇਹ ਪੁਆਇੰਟ 1 ਡਿਗਰੀ ਦੇ ਹਿਸਾਬ ਨਾਲ ਹੈ 1 2 3 4 5 ਮਤਲਬ ਇਹ 360 ਦਾ ਪੂਰਾ ਜਿਹੜਾ ਸਰਕਲ ਹੈ ਤਾਂ 1 ਡਿਗਰੀ ਆਪਾਂ ਮੂਵ ਆ ਉਹ ਹੁੰਨੀ ਆ ਤਾਂ 1 ਡਿਗਰੀ ਜਿਹੜਾ ਆਪਾਂ ਮੂਵ ਹੁੰਦੇ ਆ ਇਹ ਕਿੰਨੇ ਮਿੰਟ ਦੇ ਬਰਾਬਰ ਹੈ ਇਹ 4 ਮਿੰਟ ਦੇ ਬਰਾਬਰ ਹੈ 1 ਡਿਗਰੀ ਆਪਾਂ ਮੂਵ ਹੁੰਦੇ ਆ ਇਹ 4 ਮਿੰਟ ਦੇ ਬਰਾਬਰ ਹੁੰਦਾ ਹੈ ਜਿਵੇਂ ਆਪਾਂ ਲੈਟੀਟਿਊਡ ਤੇ ਜਿਹੜਾ ਉਹ ਲੌਂਗਿਟਿਊਡ ਆਪਾਂ ਕਰਕੇ ਆਏ ਆ ਠੀਕ ਹੈ ਜੀ 1 ਡਿਗਰੀ ਕਿੰਨਾ 111 ਕਿਲੋਮੀਟਰ ਦੇ ਜਿਹੜਾ ਬਰਾਬਰ ਹੁੰਦਾ ਉਧਰ ਆਪਾਂ ਜਿਹੜੀ ਗ੍ਰਿਡ ਪੜ ਕੇ ਆਏ ਆ ਠੀਕ ਹੈ ਜੀ ਤਾਂ ਇਹ ਜਿਹੜਾ 4 ਮਿੰਟ ਦੇ ਹਿਸਾਬ ਦੇ ਨਾਲ ਜਿਹੜਾ ਸਮਾਂ ਉਹ ਅੱਗੇ ਹੋ ਜਾਂਦਾ ਜਾਂ ਪਿੱਛੇ ਹੋ ਜਾਂਦਾ ਕਿਉਂਕਿ ਆਪਾਂ ਇੱਥੇ ਜਿਹੜੀ ਸਮੇਂ ਦੀ ਗੱਲ ਕਰ ਰਹੇ ਹਾਂ ਠੀਕ ਹੈ ਜੀ ਜਾਂ ਤਾਂ ਆਪਾਂ ਜਿਹੜਾ ਇਹ ਅੱਗੇ ਹੋ ਜਾਂਦੇ ਆ 4 ਮਿੰਟ ਤੇ ਜਾਂ ਆਪਾਂ ਜਿਹੜਾ ਪਿੱਛੇ ਹੋ ਜਾਂਦੇ ਆ ਕਿਉਂਕਿ ਆਪਾਂ ਇੱਥੇ ਜਿਹੜੀ ਸਮੇਂ ਦੀ ਗੱਲ ਕਰ ਰਹੇ ਹਾਂ ਸਮੇਂ ਦੀ ਠੀਕ ਹੈ ਜੀ ਸੋ ਇਹ ਕੋ ਜਿਹੜੀਆਂ ਚੀਜ਼ਾਂ ਤੁਹਾਨੂੰ ਜਿਹੜੀਆਂ ਪਤਾ ਹੈ ਉਹ ਹੋਣੀਆਂ ਚਾਹੀਦੀਆਂ ਸਿੱਕੀਆਂ ਸੋ ਨੈਕਸਟ ਆਜੋ ਜੀ ਆਪਾਂ ਪਹਿਲਾਂ ਇਹਦੇ ਬਾਰੇ ਜਾਣਕਾਰੀ ਹਾਸਲ ਕਰਦੇ ਆਂ ਜੀ ਇਹ ਜਿਹੜਾ GMT ਪੁਆਇੰਟ ਹੈ ਜਾਂ ਜਿਹੜਾ ਸਮਾਂ ਹੈ ਠੀਕ ਹੈ ਜਿੰਦੇ ਜਿੱਥੋਂ ਆਪਾਂ ਨੂੰ ਉਸ ਪੁਆਇੰਟ ਤੋਂ ਸਾਰੇ ਦੇਸ਼ਾਂ ਦੇ ਸਮੇਂ ਦੇ ਬਾਰੇ ਪਤਾ ਲੱਗਦਾ ਉਹਦੇ ਕਾਰਨ ਕੀ ਹੈ ਕਿਉਂ ਇਹ GMT ਪੁਆਇੰਟ ਹੋਣ ਦੇ ਵਿੱਚ ਆਇਆ ਇਹਦੇ ਪਿੱਛੇ ਕੀ ਕਾਰਨ ਹੈ ਆਪਾਂ ਸਾਰਾ ਉਹਦੇ ਬਾਰੇ ਦੇ ਵਿੱਚ ਜਿਹੜਾ ਇੱਥੇ ਜਿਹੜਾ ਪੜ੍ਹਦੇ ਆਂ ਜੀ ਫਰਸਟ ਹੈ ਜੀਐਮਟੀ ਜਿਹੜਾ ਪੁਆਇੰਟ ਸੀ ਇਹ 19ਵੀਂ ਸਦੀ ਦੇ ਵਿੱਚ ਆਇਆ ਸੀ ਬਿਲਕੁਲ ਜੀ 19ਵੀਂ ਸਦੀ ਦੇ ਵਿੱਚ ਇਹ ਜੀਐਮਟੀ ਪੁਆਇੰਟ ਹੋਣ ਦੇ ਵਿੱਚ ਆਇਆ ਸੀ 19 ਸਦੀ ਵਿੱਚ ਇੰਗਲੈਂਡ ਦੇਸ਼ ਬਹੁਤ ਸ਼ਕਤੀਸ਼ਾਲੀ ਸੀ ਜੇਕਰ ਆਪਾਂ ਇੰਗਲੈਂਡ ਦੀ ਗੱਲ ਕਰੀਏ ਠੀਕ ਹੈ ਜੀ ਤਾਂ ਇਹ ਜਿਹੜਾ ਦੇਸ਼ ਸੀ ਇਹ ਬਹੁਤ ਹੀ ਜ਼ਿਆਦਾ ਜਿਹੜਾ ਪਾਵਰਫੁੱਲ ਸੀ ਵਪਾਰ ਕਰਦੇ ਸਮੇਂ ਇਸ ਦੀਆਂ ਰੇਲਾਂ ਅਲੱਗ-ਅਲੱਗ ਦੇਸ਼ਾਂ ਦੇ ਵਿੱਚ ਜਾਂਦੀਆਂ ਸੀ ਵਪਾਰ ਕਰਦੇ ਸੀ ਇਹ ਠੀਕ ਹੈ ਤਾਂ ਉਹਨਾਂ ਦੀਆਂ ਜਿਹੜੀਆਂ ਰੇਲ ਟ੍ਰੇਨਸ ਸੀਗੀਆਂ ਉਹ ਅਲੱਗ-ਅਲੱਗ ਕੰਟਰੀਜ਼ ਦੇ ਵਿੱਚ ਵਿਜ਼ਿਟ ਕਰਦੀਆਂ ਸੀਗੀਆਂ ਤਾਂ ਇਹਨਾਂ ਨੂੰ ਬੜੀ ਮੁਸ਼ਕਲ ਆਉਂਦੀ ਸੀ ਕਿਉਂਕਿ ਇਹਨਾਂ ਨੂੰ ਸਮੇਂ ਦਾ ਹੀ ਨਹੀਂ ਸੀ ਪਤਾ ਲੱਗਦਾ ਵੀ ਹੁਣ ਉਸ ਕੰਟਰੀ ਦੇ ਵਿੱਚ ਕਿੰਨਾ ਜਿਹੜਾ ਸਮਾਂ ਹੈ ਠੀਕ ਹੈ ਤਾਂ ਸਮੇਂ ਦਾ ਜਿਹੜਾ ਪਤਾ ਲਗਾਉਣ ਦੇ ਲਈ ਇਹਨਾਂ ਨੇ ਜਿਹੜਾ ਇੱਕ ਜਿਹੜਾ GMT ਪੁਆਇੰਟ ਬਣਾਇਆ ਸੀ ਕਿੰਨਾ ਨੇ ਬਣਾਇਆ ਸੀ ਇੰਗਲੈਂਡ ਵਾਲਿਆਂ ਨੇ ਠੀਕ ਹੈ ਤਾਂ ਸਮੇਂ ਦਾ ਪਤਾ ਕਰਵਾਉਣ ਲਈ ਜਿਹੜੇ ਇਹਨਾਂ ਨੇ GMT ਪੁਆਇੰਟ ਬਣਾਇਆ ਇਹ ਨਹੀਂ ਹੈ ਕਿ ਹੁਣ GMT ਪੁਆਇੰਟ ਹੈ ਉਹਨਾਂ ਨੇ ਕਿਹਾ ਜੀ GMT ਪੁਆਇੰਟ ਤੇ ਉਹ ਬਣ ਗਿਆ ਇਹਦੇ ਲਈ ਜਿਹੜੀਆਂ ਨੇ ਕਾਨਫਰੰਸਾਂਜ਼ ਹੋਈਆਂ ਮੀਟਿੰਗਜ਼ ਹੋਈਆਂ ਫਿਰ ਜਾ ਕੇ ਉਹ ਪੂਰਾ ਇੱਕ ਜਿਹੜਾ ਪੈਟਰਨ ਹੈ ਉਹ ਤਿਆਰ ਕੀਤਾ ਗਿਆ ਫਿਰ ਉਹ ਪੈਟਰਨ ਤਿਆਰ ਕਰਨ ਤੋਂ ਬਾਅਦ ਜਿਹੜਾ ਸਮੇਂ ਬਾਰੇ ਉਹ ਜਿਹੜਾ ਪਤਾ ਲੱਗ ਪਾਇਆ ਸੀਗਾ ਠੀਕ ਹੈ ਸੋ so, ਇਹ GMT ਪੁਆਇੰਟ ਬਣਾਉਣ ਦੇ ਲਈ ਸਭ ਤੋਂ ਪਹਿਲਾ ਜਿਹੜੀ ਮੀਟਿੰਗ ਹੋਈ ਸੀ ਇਹ ਹੋਈ ਸੀ ਅਕਤੂਬਰ 1884 ਦੇ ਵਿੱਚ ਅਕਤੂਬਰ 1884 ਦੇ ਵਿੱਚ GMT ਪੁਆਇੰਟ ਨੂੰ ਲੈ ਕੇ ਜਿਹੜੀ ਪਹਿਲੀ ਮੀਟਿੰਗ ਹੋਈ ਸੀ ਤੇ ਇਹ ਮੀਟਿੰਗ ਹੋਈ ਸੀ ਜਿਹੜੀ ਹੈ ਇੰਗਲੈਂਡ ਦੇ ਦੁਆਰਾ ਹੋਈ ਕਰਵਾਈ ਗਈ ਸੀ ਇਹ ਮੀਟਿੰਗ ਠੀਕ ਹੈ ਜੀ ਇਸ ਮੀਟਿੰਗ ਨੂੰ ਨਾਮ ਦਿੱਤਾ ਗਿਆ ਜੀ ਇੰਟਰਨੈਸ਼ਨਲ ਮੈਰੀਡਨ ਕਾਨਫਰੰਸ ਸੋ ਇਸ ਜਿਹੜਾ ਮੀਟਿੰਗ ਦਾ ਜਿਹੜਾ ਮੀਟਿੰਗ ਨੂੰ ਜਿਹੜਾ ਕਿਹਾ ਗਿਆ ਸੀ ਉਹ ਕਿਹਾ ਗਿਆ ਇੰਟਰਨੈਸ਼ਨਲ ਮੈਰੀਡਨ ਕਾਨਫਰੰਸ ਦਾ ਜਿਹੜਾ ਨਾਮ ਹੈ ਉਹ ਦਿੱਤਾ ਗਿਆ ਉਹਨੂੰ ਕਿਹਾ ਗਿਆ ਤੇ ਇਹ ਮੀਟਿੰਗ ਹੋਈ ਸੀ ਜੀ ਅਕਤੂਬਰ 1884 ਦੇ ਵਿੱਚ ਠੀਕ ਹੈ ਜਿਹੜੀ ਇਹ ਮੀਟਿੰਗ ਹੋਈ ਸੀ ਇਹ ਕਿੱਥੇ ਹੋਈ ਸੀ ਇਹ ਯੂ ਐਸ ਏ ਦੇ ਵਿੱਚ ਹੋਈ ਸੀ ਵਾਸ਼ਿੰਗਟਨ ਡੀ ਸੀ ਦੇ ਵਿੱਚ ਹੋਈ ਸੀ ਇਹ ਜਿਹੜੀ ਮੀਟਿੰਗ ਸੀਗੀ ਜੋ ਜੀ ਐਮਟੀ ਪੁਆਇੰਟ ਦੇ ਲਈ ਹੋਈ ਸੀ ਜੀ ਐਮਟੀ ਪੁਆਇੰਟ ਕੀ ਸੀ ਜਿੱਥੋਂ ਸਾਰੇ ਦੇਸ਼ਾਂ ਦਾ ਜਿਹੜਾ ਸਮਾਂ ਹੈ ਉਹ ਪਤਾ ਲੱਗਣਾ ਸੀ ਜਿੰਦੇ ਥਰੂ ਠੀਕ ਹੈ ਜੀ ਇਹ ਮੀਟਿੰਗ ਜਿਹੜੀ ਯੂ ਐਸ ਏ ਦੇ ਵਾਸ਼ਿੰਗਟਨ ਡੀ ਸੀ ਦੇ ਵਿੱਚ ਹੋਈ ਸੀ ਤਾਂ ਜੋ ਬਾਕੀ ਦੇਸ਼ਾਂ ਦਾ ਜਿਹੜਾ ਟਾਈਮ ਹੈ ਉਹ ਪਤਾ ਲੱਗ ਸਕੇ ਵਪਾਰ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਾ ਹੋਵੇ ਇਹ ਇੱਕ ਪੁਆਇੰਟ ਬਣਾਇਆ ਗਿਆ ਜਿਸ ਨੂੰ ਜੀ ਐਮਟੀ ਪਰਮਾਨਿਕ ਸਮਾਂ ਗ੍ਰੀਨਵਿਚ ਮੈਰੀਡੀਅਨ ਟਾਈਮ ਲਾਈਨ ਕਿਹਾ ਜਾਂਦਾ ਇਹਨੂੰ ਕੀ ਕਿਹਾ ਜਾਂਦਾ ਜੀ ਗ੍ਰੀਨਵਿਚ ਮੈਰੀਡੀਅਨ ਟਾਈਮ ਲਾਈਨ ਠੀਕ ਹੈ ਜੀ ਗ੍ਰੀਨਵਿਚ ਮੈਰੀਡੀਅਨ ਟਾਈਮ ਲਾਈਨ ਇਹਨੂੰ ਜਿਹੜਾ ਕਿਹਾ ਜਾਂਦਾ ਸੋ ਇਹ ਹੈਗੀ ਸੀ ਇੱਕ ਹਿਸਟਰੀ GMT ਪੁਆਇੰਟ ਦੇ ਨਾਲ ਸੰਬੰਧਤ ਜਿੰਨੇ ਕੀ ਜਿਹੜਾ ਸਮਾਂ ਹੈ ਉਹ ਦੱਸਣਾ ਸੀਗਾ ਹੁਣ ਨੈਕਸਟ ਆਜੋ ਜੀ ਇੱਕ ਜਿਹੜੀ ਛੋਟੀ ਜੀ ਜਿਹੜੀ ਡਾਇਗਰਾਮ ਹੈ ਉਹ ਬਣੀ ਹੋਈ ਹੈ ਸੋ ਇਹ ਵਾਲੀ ਜਿਹੜੀ ਇੱਕ ਲਾਈਨ ਜਿਹੜੀ ਇਦਾਂ ਜਿਹੜੀ ਲੰਘਦੀ ਹੈ ਜੀ ਇਹਨੂੰ ਜਿਹੜੀ ਲਾਈਨ ਜਿਹੜੀ ਗਲੋਬ ਦੇ ਵਿੱਚ ਲੰਘਦੀ ਤਾਂ ਇਹਨੂੰ ਕੀ ਕਿਹਾ ਜਾਂਦਾ ਜੀ ਪ੍ਰਾਈਮ ਮੈਰੀਡੀਅਨ ਲਾਈਨ ਕਿਹਾ ਜਾਂਦਾ ਜੀ ਠੀਕ ਹੈ ਗ੍ਰੀਨ ਵਿੱਚ ਮੈਰੀਡੀਨ ਟਾਈਮ ਲਾਈਨ ਦੇ ਇੱਕ ਜਿਹੜੀ ਆ ਲਾਈਨ ਲੰਘਦੀ ਇਹਨੂੰ ਕੀ ਕਿਹਾ ਜਾਂਦਾ ਜੀ ਪ੍ਰਾਈਮ ਮੈਰੀਡੀਨ ਲਾਈਨ ਬੋਲਿਆ ਜਾਂਦਾ ਜੀ ਇਹ ਇੱਕ ਪ੍ਰਾਈਮ ਪ੍ਰਾਈਮ ਹੈ ਲਾਈਨ ਹੈ ਠੀਕ ਹੈ ਜੀ ਪ੍ਰਾਈਮ ਮੈਰੀਡੀਨ ਲਾਈਨ ਸੋ ਇਹ ਵਾਲੀ ਜਿਹੜੀ ਇੱਕ ਜਿਹੜੀਆਂ ਲਾਈਨਸ ਨੇ ਇਹਨਾਂ ਨੂੰ ਗ੍ਰੀਨ ਵਿੱਚ ਇਹ ਵੱਡੀ ਲਾਈਨ ਹੈ ਨੇ ਜਿਹੜੀ ਮੈਰੀਡੀਨ ਲਾਈਨ ਇਹ ਜਿਹੜੀ ਲੰਘਦੀ ਹੈ ਜੀ ਗ੍ਰੀਨ ਵਿੱਚ ਦੀ ਗਰੀਨਵਿਚ ਜੋ ਕਿ ਇੰਗਲੈਂਡ ਲੰਡਨ ਦੇ ਵਿੱਚ ਹੈ ਤੇ ਇਸ ਕਰਕੇ ਇਹਨਾਂ ਨਾਂ ਜਿਹੜਾ ਗਰੀਨਵਿਚ ਮੈਰੀਡੀਅਨ ਟਾਈਮਲਾਈਨ ਇਹਨੂੰ ਕਿਹਾ ਜਾਂਦਾ ਕਿਉਂਕਿ ਇਹ ਵਾਲੀ ਜਿਹੜੀ ਲਾਈਨ ਹੈ ਲੰਡਨ ਦੇ ਵਿੱਚੋਂ ਦੀ ਜਿਹੜੀ ਹੋਕ ਹੈ ਉਹ ਲੰਘਦੀ ਹੈ ਜੋ ਕਿ ਇੰਗਲੈਂਡ ਦੇ ਵਿੱਚ ਹੈ ਤੇ ਇਸ ਕਰਕੇ ਇਹਨੂੰ ਜਿਹੜਾ ਗਰੀਨਵਿਚ ਜਿਹੜਾ ਮੈਰੀਡੀਅਨ ਜਿਹੜਾ ਟਾਈਮਲਾਈਨ ਹੈ ਉਹ ਕਿਹਾ ਜਾਂਦਾ ਹੈ ਨੈਕਸਟ ਆਜੋ ਜੀ ਹੁਣ ਪੂਰੀ ਦੁਨੀਆ ਦਾ ਜੇਕਰ ਆਪਾਂ ਸਮੇਂ ਦੀ ਗੱਲ ਕਰੀਏ ਤਾਂ ਪੂਰੀ ਦੁਨੀਆ ਦਾ ਜਿਹੜਾ ਸਮਾਂ ਹੈ ਜੀ ਇਸੇ GMT ਪੁਆਇੰਟ ਤੋਂ ਜਿਹੜਾ ਨਿਧਾਰਤ ਹੈ ਇਹ ਹੁੰਦਾ ਹੈ ਪੂਰੀ ਦੁਨੀਆ ਦਾ ਸਮਾਂ ਅਸਟ੍ਰੇਲੀਆ ਚ ਕਿੰਨਾ ਸਮਾਂ ਹੈ ਹੋਣਾ ਕੈਨੇਡਾ ਚ ਕਿੰਨਾ ਹੈ ਸੋ ਸਾਰਾ ਇਸ ਜੀ ਐਮ ٹی ਪੁਆਇੰਟ ਤੋਂ ਜਿਹੜਾ ਨਿਧਾਰਤ ਹੈ ਉਹ ਹੁੰਦਾ ਹੈ ਸੋ ਜੀ ਐਮ ٹی ਦਾ ਨਾਮ ਹੁਣ ਜਿਹੜਾ ਚੇਂਜ ਵੀ ਕਰ ਦਿੱਤਾ ਗਿਆ ਠੀਕ ਹੈ ਹੁਣ ਇਹਨੂੰ ਜਿਹੜਾ ਯੂ ٹی ਸੀ ਜਿਹੜਾ ਕਿ ਵੀ ਕਹਿ ਦਿੱਤਾ ਜਾਂਦਾ ਠੀਕ ਹੈ ਯੂ ٹی ਸੀ ਨਾਮ ਦੇ ਨਾਲ ਵੀ ਇਹਨੂੰ ਜਿਹੜਾ ਬੁਲਾਇਆ ਜਾਂਦਾ ਹੈ ਯੂ ٹی ਸੀ ਤੇ ਇਹਨ ਦਾ ਡਾਟਾ ਫੁੱਲ ਫਾਰਮ ਹੈਗੀ ਜੀ ਹੈਗਾ ਜੀ ਕੋਆਰਡੀਨੇਟਡ ਯੂਨੀਵਰਸਲ ਟਾਈਮ ਠੀਕ ਹੈ ਜੀ ਕੋਆਰਡੀਨੇਟਰ ਯੂਨੀਵਰਸਲ ਟਾਈਮ ਇਹਨੂੰ ਜਿਹੜਾ ਕਿਹਾ ਜਾਂਦਾ ਜੀ ਇਹ ਚੀਜ਼ ਨੂੰ ਜ਼ਰੂਰ ਯਾਦ ਕਰ ਲਓ ਜੀ ਯੂ ਐਸ ਸੀ ਕਿਹਾ ਜਾਂਦਾ ਜੀ ਹੁਣ ਜੀ ਐਮ ਟੀ ਪੁਆਇੰਟ ਨੂੰ ਠੀਕ ਹੈ ਇਹਦੇ ਲਈ ਜਿਹੜਾ ਜੀ ਐਮ ਟੀ ਦੇ ਲਈ ਜਿਹੜਾ ਯੂ ਟੀ ਸੀ ਜਿਹੜਾ ਨੇਮ ਹੈ ਉਹ ਵੀ ਵਰਤ ਲਿਆ ਜਾਂਦਾ ਤੇ ਇਹਦੀ ਫੁੱਲ ਫਾਰਮ ਹੈਗੀ ਹੈ ਜੀ ਕੋਆਰਡੀਨੇਸ਼ਨ ਕੋਟੀ ਕੋਡੀ ਕੋਆਰਡੀਨੇਟਡ ਯੂਨੀਵਰਸਲ ਟਾਈਮ ਇਹਨੂੰ ਜਿਹੜਾ ਕਿਹਾ ਜਾਂਦਾ ਜੀ ਹੁਣ ਇੱਥੇ ਜਿਹੜੀ ਗੱਲ ਆ ਜਾਂਦੀ ਹੈ ਜੀ ਮੇਨ GMT ਆਪਣਾ ਹੁਣ ਜਿਹੜੀ ਡਾਇਗਰਾਮ ਆਪਣੇ ਸਾਹਮਣੇ ਆ ਤੇ GMT ਪੁਆਇੰਟ ਕਿਹੜਾ ਜੀ ਇਹ ਵਾਲਾ ਹੈਗਾ ਜੀ GMT ਪੁਆਇੰਟ ਇਹ ਵੀ ਮੈਂ ਤੁਹਾਨੂੰ ਦੱਸ ਦਿੱਤਾ ਕਿ ਇੱਥੇ ਇਹ ਜਿਹੜਾ ਸਾਰਾ ਜਿਹੜਾ ਗਲੋਬ ਹੈ ਜੀ ਇਹ ਜਿਹੜਾ ਹੈਗਾ ਜੀ 360 ਦਾ ਠੀਕ ਹੈ ਇੱਕ ਇੱਕ 1 ਡਿਗਰੀ 1 ਡਿਗਰੀ ਲਾ ਕੇ 360 ਜਿਹੜਾ ਡਿਗਰੀ ਦਾ ਜਿਹੜਾ ਇਹ ਜਿਹੜਾ ਗਲੋਬ ਹੈ ਜੀ ਕਿੰਨੇ ਦਾ ਜੀ 360 ਡਿਗਰੀ ਦਾ ਸਾਰਾ ਇਹ ਜਿਹੜੇ ਜਿਹੜੇ ਪੁਆਇੰਟ ਹੈ ਜੀ ਇਹ 1 ਡਿਗਰੀ ਦੇ ਨੇ ਠੀਕ ਹੈ 1 ਡਿਗਰੀ ਦੇ ਨੇ ਇਹ ਸਾਰੇ ਜਿਹੜੇ ਪੁਆਇੰਟ ਠੀਕ ਹੈ ਜੀ 1 ਕਾ ਪੁਆਇੰਟ ਤੋਂ ਜਦੋਂ ਦੂਸਰੇ ਪੁਆਇੰਟ ਤੱਕ ਆਪਾਂ ਜਾਣੀ ਆ ਤਾਂ ਟਾਈਮ ਦਾ ਜਿਹੜਾ ਫਰਕ ਹੈ ਜੀ ਉਹ 4 ਮਿੰਟ ਪੈ ਜਾਂਦਾ ਠੀਕ ਹੈ 4 ਮਿੰਟ ਜਿਹੜਾ ਟਾਈਮ ਦਾ ਜਿਹੜਾ ਫਰਕ ਹੈ ਉਹ ਪੈਂਦਾ ਹੈ ਠੀਕ ਹੈ ਆ ਵਾਲਾ ਹੈਗਾ ਜੀ ਜੀਐਮਟੀ ਪੁਆਇੰਟ ਇੱਥੋਂ ਸਾਰਾ ਜਿਹੜਾ ਸਮਾਂ ਹੈ ਉਹ ਨਿਰਧਾਰਿਤ ਹੈ ਉਹ ਹੁੰਦਾ ਹੈ ਹੁਣ ਨੈਕਸਟ ਆਜੋ ਜੀ ਐਸਟੀ ਡਿਗ ਹੁਣ ਜੇ ਸਮਾਂ ਕਿਵੇਂ ਪਤਾ ਲੱਗੇਗਾ ਸੋ ਅਸੀਂ ਡਿਗਰੀ ਦੇ ਰਾਹੀਂ ਸਮਾਂ ਜਾਣ ਪਾਉਨੇ ਆ ਜਿਹੜੀਆਂ ਡਿਗਰੀਆਂ ਨੇ ਦਾ ਡਿਗਰੀ ਦੇ ਰਾਹੀਂ ਆਪਾਂ ਜਿਹੜਾ ਸਮਾਂ ਇਹੋ ਜਾਣ ਪਾਉਨੇ ਆ ਸਾਡਾ ਗਲੋਬ 360 ਡਿਗਰੀ ਦਾ ਹੈ ਕਿਸੇ ਦੇਸ਼ ਦੀ ਪੋਜੀਸ਼ਨ ਪਤਾ ਕਰਨੀ ਤਾਂ ਸਭ ਤੋਂ ਪਹਿਲਾਂ ਅਸੀਂ ਉਸ ਦੇਸ਼ ਦੀ ਡਿਗਰੀ ਪਤਾ ਕਰਾਂਗੇ ਠੀਕ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਜੇਕਰ ਕਿਸੇ ਦੇਸ਼ ਦਾ ਜਿਹੜਾ ਸਮਾਂ ਪਤਾ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਆਪ ਨੂੰ ਪਤਾ ਹੋਣਾ ਚਾਹੀਦਾ ਕਿ ਇਹ ਜਿਹੜਾ ਦੇਸ਼ ਹੈ ਇਹ ਕਿੰਨੇ ਡਿਗਰੀ ਤੇ ਹੈ ਠੀਕ ਹੈ ਆਪਾਂ ਸਭ ਤੋਂ ਪਹਿਲਾਂ ਜਿਹੜਾ ਉਹ ਜਿਹੜੀ ਚੀਜ਼ ਆ ਉਹ ਪਤਾ ਹੋਣੀ ਚਾਹੀਦੀ ਕਿ ਆਪਣਾ ਜਿਹੜਾ ਦਿਸ਼ਾ ਜਿੰਦੇ ਬਾਰੇ ਦਾ ਸਮਾਂ ਪਤਾ ਕਰਨਾ ਹੈ ਉਹ ਕਿੰਨੇ ਤੇ ਆ ਠੀਕ ਹੈ ਉਹ ਕਿੰਨੇ ਡਿਗਰੀ ਤੇ ਆ ਇਹ ਜਿਹੜਾ ਸਭ ਤੋਂ ਪਹਿਲਾਂ ਤਾਂ ਜਿਹੜਾ ਪਤਾ ਹੋਣਾ ਚਾਹੀਦਾ ਆਪਾਂ ਨੂੰ ਉਸ ਦਿਸ਼ਾ ਦੀ ਡਿਗਰੀ ਸੋ ਡਿਗਰੀ ਦੇ ਨਾਲ ਹੀ ਜਿਹੜਾ ਸਮਾਂ ਹੈ ਉਹ ਪਤਾ ਲੱਗੇਗਾ ਸੋ ਇੱਥੇ ਕੁਝ ਜਿਹੜੀਆਂ ਇੰਪੋਰਟੈਂਟ ਗੱਲਾਂ ਨੇ ਹੋਰ ਦੂਰੀ ਦੀ ਜੇਕਰ ਆਪਾਂ ਗੱਲ ਕਰੀਏ ਡਿਸਟੈਂਸ ਦੀ ਤਾਂ 1 ਡਿਗਰੀ ਆ ਸੋ ਦੂਰੀ ਦੀ ਜੇਕਰ ਆਪਾਂ ਗੱਲ ਕਰੀਏ ਤਾਂ 1 ਡਿਗਰੀ ਦਾ ਮਤਲਬ ਹੈ 111 ਕਿਲੋਮੀਟਰ ਦੂਰੀ ਦੇ ਵਿੱਚ 1 ਡਿਗਰੀ ਦਾ ਮਤਲਬ ਹੈਗਾ ਜੀ 111 ਕਿਲੋਮੀਟਰ ਤੇ ਜੇਕਰ ਸਮਾਂ ਜੀ 1 ਡਿਗਰੀ ਤਾਂ ਉਹਦਾ ਮਤਲਬ ਹੈ 4 ਮਿੰਟ ਅੱਗੇ ਹੋਏ ਜਾਂ ਪਿੱਛੇ ਹੋਏ ਠੀਕ ਹੈ 4 ਮਿੰਟ ਦਾ ਜਿਹੜਾ ਫਰਕ ਹੈ ਉਹ ਪੈਂਦਾ ਜੀ ਠੀਕ ਹੈ 4 ਮਿੰਟ ਦਾ ਜਿਹੜਾ ਫਰਕ ਹੈ ਉਹ ਪੈਂਦਾ ਜਾਂ ਤਾਂ ਆਪ ਅੱਗੇ ਹੋਵਾਂਗੇ ਜਾਂ 4 ਮਿੰਟ ਜਿਹੜਾ ਪਿੱਛੇ ਠੀਕ ਹੈ 4 ਮਿੰਟ ਅੱਗੇ ਹੋਏ ਨਹੀਂ ਅੱਗੇ ਨੇ ਹੋਣਾ ਨਹੀਂ ਜਾਂ ਦਾ ਜਿਹੜਾ ਸਮਾਂ ਹੈ ਉਹ ਪਲੱਸ ਦੇ ਵਿੱਚ ਹੁੰਦਾ ਹੈ ਠੀਕ ਹੈ ਜਾਂ ਮੈਨਸ ਦੇ ਵਿੱਚ ਠੀਕ ਹੈ 4 ਮਿੰਟ ਬਸ ਇੱਕ ਡਿਗਰੀ ਦਾ ਮਤਲਬ ਹੈ 4 ਮਿੰਟ ਜਾਂ ਦਾ ਪਲਸ ਜਾਂ ਮਾਈਨਸ ਠੀਕ ਹੈ ਇੱਕ ਡਿਗਰੀ ਦਾ ਮਤਲਬ ਹੈ 4 ਮਿੰਟ ਸਮਾਂ ਅੱਗੇ ਹੋ ਜਾਂਦਾ ਹੈ ਠੀਕ ਹੈ ਵੈਸੇ ਦਾ ਮਤਲਬ ਇਹੀ ਅੱਗੇ ਹੋ ਜਾਂਦਾ ਅੱਗੇ ਜਾਂ ਜਿਹੜਾ ਪਿੱਛੇ ਹੋ ਜਾਂਦਾ ਠੀਕ ਹੈ ਇੱਥੇ ਜ਼ਰੂਰ ਲਿਖ ਲਓ ਪਲਸ ਜਾਂ ਮਾਈਨਸ ਅੱਗੇ ਜਾਂ ਪਿੱਛੇ ਹੋ ਜਾਂਦਾ ਜਾਂ ਦਾ ਪਲਸ ਦੇ ਵਿੱਚ ਸਮਾਂ ਹੁੰਦਾ ਤੇ ਜਾਂ ਮਾਈਨਸ ਦੇ ਵਿੱਚ ਹੁਣ ਇਹ ਜਿਹੜਾ ਪਲਸ ਮਾਈਨਸ ਦਾ ਜਿਹੜਾ ਕਨਸੈਪਟ ਹੈ ਨਾ ਜੇ ਤਾਂ ਜੇ ਤਾਂ ਇਧਰਲੇ ਪਾਸੇ ਆ ਜਿਹੜੀ ਇੱਕ ਲਾਈਨ ਜਿਹੜੀ ਆ ਬਣੀ ਹੋਈ ਹੈ ਨਾ ਆ ਵਾਲੀ ਲਾਈਨ ਜੇ ਤਾਂ ਕੰਟਰੀ ਜਿਹੜਾ ਉਹ ਇਧਰਲੇ ਪਾਸੇ ਆ ਤਾਂ ਜਿਹੜਾ ਸਮਾਂ ਹੈ ਜੀ ਉਹ ਪਲੱਸ ਹੁੰਦਾ ਹੈ ਠੀਕ ਹੈ ਜਿੰਨੀ ਡਿਗਰੀ ਹੋਊਗਾ ਪਲੱਸ ਹੋਊਗਾ ਜੇਕਰ ਇਧਰ ਹੈ ਦੇਸ਼ ਜੇਕਰ ਇਧਰਲੇ ਪਾਸੇ ਆ ਦੂਸਰੇ ਪਾਸੇ ਆ ਇਧਰਲੇ ਪਾਸੇ ਆ ਦੇਸ਼ ਕੰਟਰੀ ਜਿੰਦਾ ਸਮਾਂ ਪਤਰਨਾ ਤਾਂ ਮਾਈਨਸ ਹੁੰਦਾ ਠੀਕ ਹੈ 4 ਮਿੰਟ ਮਾਈਨਸ ਹੋਣਗੇ ਜੇਕਰ ਇਧਰ ਆ ਤਾਂ 4 ਮਿੰਟ ਜਿਹੜੇ ਪਲੱਸ ਹੋਣਗੇ ਮੇtanto ਬਹੁਤੀ ਸੌਖੇ ਤਰੀਕੇ ਦੇ ਨਾਲ ਤਾਂ ਮੇਨ ਮੇਨ ਗੱਲਾਂ ਹੀ ਦੱਸ ਰਹੀਆਂ ਬਾਲਾ ਤੁਹਾਨੂੰ ਮੈਂ ਉਲਝਾ ਹੀ ਨਹੀਂ ਰਹੀ ਜੇਕਰ ਹੁਣ 4 ਮਿੰਟ ਦਾ ਜਿਹੜਾ ਫਰਕ ਹੈ ਉਹ ਕਿਵੇਂ ਪੈਂਦਾ ਵਾ ਠੀਕ ਹੈ ਉਹਦੀ ਆਪਾਂ ਜਿਹੜੀ ਗੱਲ ਹੈ ਉਹ ਕਰ ਲੈਣੀ ਕਿ 4 ਮਿੰਟ ਦਾ ਅਸਲ ਦੇ ਵਿੱਚ ਜਿਹੜਾ ਫਰਕ ਹੈ ਉਹ ਪੈਂਦਾ ਕਿਵੇਂ ਐਗਜ਼ਾਮਪਲ ਹੈ ਇੱਥੇ ਇੱਕ ਜੇਕਰ 70 ਡਿਗਰੀ ਹੈ 70 ਡਿਗਰੀ ਤੇ ਆਪਾਂ ਆ ਜਿਹੜਾ ਗਲੋਬ ਹੈ ਠੀਕ ਹੈ ਇਹ ਗਲੋਬ ਦੇ ਇੱਥੇ ਇੱਕ ਲਾਈਨ ਹੋਗੀ ਠੀਕ ਹੈ ਇੱਥੇ ਹੋ ਗਿਆ 1 2 3 4 5 6 ਆਪਾਂ ਹੈਗੇ ਆ ਹੈਗਾ ਮੰਨ ਕੇ ਚੱਲੋ ਆਏਗਾ 70 ਡਿਗਰੀ ਠੀਕ ਹੈ ਇਹਦੇ ਅਕੋਰਡਿੰਗ ਜਿਹੜਾ ਸਮਾਂ ਹੈ ਉਹ 2:02 ਹੁਣ ਅੱਗੋਂ ਆਪਾਂ ਚੱਲ ਗਏ ਹਾਂ ਜੀ 71 ਡਿਗਰੀ ਤੇ ਤਾਂ ਇੱਥੇ ਜਿਹੜਾ ਸਮਾਂ ਹੈ ਇਹ ਜਿਹੜੇ ਦੇਸ਼ਾ ਜਿਹੜੇ ਇਹਦੇ 71 ਡਿਗਰੀ ਦੇ ਆਉਂਦੇ ਆ ਦੇਸ਼ ਉਹਨਾਂ ਦਾ ਸਮਾਂ ਜਿਹੜਾ 4 ਮਿੰਟ ਅੱਗੇ ਹੋਵੇਗਾ ਉੱਥੇ 2.04 2:04 ਮਿੰਟ ਹੋਏਗਾ ਜਿਹੜੇ ਦੇਸ਼ 70 ਡਿਗਰੀ ਤੇ ਆਉਂਦੇ ਨੇ ਉਹਨਾਂ ਦਾ ਸਮਾਂ 2:00 ਦਾ ਹੋਵੇਗਾ ਜਿਹੜੇ 71 ਡਿਗਰੀ ਤੇ ਆਉਂਦੇ ਨੇ ਉਹਨਾਂ ਦਾ ਸਮਾਂ 2:04 ਦਾ ਹੋਵੇਗਾ ਕਿਉਂਕਿ ਹਰ ਇੱਕ ਡਿਗਰੀ ਤੇ ਅੱਗੇ ਜਾਣ ਤੇ 4 ਮਿੰਟ ਦਾ ਜਿਹੜਾ ਫਰਕ ਪੈਂਦਾ ਹੈ ਜਾਂ ਤਾਂ 4 ਮਿੰਟ ਘਟ ਜਾਂਦੇ ਨੇ ਜਾਂ 4 ਮਿੰਟ ਵਾਜ ਜਾਂਦੇ ਤੇ ਉਹ ਮੈਂ ਤੁਹਾਨੂੰ ਦੱਸ ਹੀ ਦਿੱਤਾ ਕਿਿੱਧਰ ਵੱਧਿਆ ਤੇ ਕਿਿੱਧਰ ਜਿਹੜੇ ਘਟਦੇ ਨੇ ਹੁਣ ਨੈਕਸਟ ਆਜੋ ਜੀ ਠੀਕ ਹੈ ਆ ਦੇਖੋ ਨੇ ਡਾਇਗਰਾਮ ਦੇ ਵਿੱਚ ਘਟਨ ਤੇ ਵਧਨ ਦਾ ਜਿਹੜਾ ਦੱਸਿਆ ਗਿਆ ਵਾ ਇਧਰ ਪਲੱਸ ਹੁੰਦਾ ਤੇ ਇਧਰ ਮਾਈਨਸ ਹੁੰਦਾ ਈਸਟ ਵਾਲੀ ਜੇਕਰ ਸਾਈਡ ਦੀ ਆਪਾਂ ਗੱਲ ਕਰੀਏ ਪੂਰਬ ਵਾਲੀ ਸਾਈਡ ਦੀ ਗੱਲ ਕਰਕੇ ਠੀਕ ਹੈ ਜੀ ਤਾਂ ਇਹ ਪਲੱਸ ਦੇ ਵਿੱਚ ਹੈ ਤੇ ਪੱਛਮ ਦੇ ਪੱਛਮ ਤੇ ਵੈਸਟ ਵਾਲੀ ਗੱਲ ਕਰੀਏ ਤਾਂ ਇਹ ਮਾਈਨਸ ਹੈ ਜੀ ਠੀਕ ਹੈ ਜੀ ਸਮਾ ਪਲੱਸ ਵਿੱਚ ਹੋਵੇਗਾ ਜਿਵੇਂ ਸਮਾ 3 ਦਾ ਹੈ ਤਾਂ ਜੋ ਆਪਾਂ ਸਮੇਂ ਦੀ ਗੱਲ ਕਰ ਰਹੇ ਸੀ ਸਮਾਂ ਜਿਹੜਾ ਪਲੱਸ ਵਿੱਚ ਹੋਵੇਗਾ ਜਿਵੇਂ ਸਮਾਂ 3 3 ਦਾ ਹੈ ਤਾਂ ਜੇਕਰ ਪਲੱਸ ਹੋ ਜਾਵੇਗਾ ਤਾਂ ਜਿਹੜਾ ਸਮਾਂ ਹੈ ਉਹ ਜਿਹੜਾ 3:04 ਹੋ ਜਾਣਗੇ ਜੇਕਰ ਪਲੱਸ ਦੇ ਵਿੱਚ ਹੋਵੇਗਾ ਈਸਟੂ ਵਾਲੀ ਜਿਹੜਾ ਕਰ ਸਾਈਡ ਤੇ ਹੋਵੇਗਾ ਈਸਟ ਦੀ ਜੇਕਰ ਆਪਾਂ ਗੱਲ ਕਰੀਏ ਤਾਂ 1 ਡਿਗਰੀ ਤੇ ਜਿਹੜਾ ਸਮਾਂ 4 ਮਿੰਟ ਜਿਹੜਾ ਹੈ ਉਹ ਫਰਕ ਪਵੇਗਾ ਸਮਾਂ ਪਲੱਸ ਵਿੱਚ ਹੋਵੇਗਾ ਜਿਵੇਂ ਸਮਾਂ 3 ਵਜੇ ਆ ਤਾਂ ਜੇਕਰ ਪਲੱਸ ਦੀ ਗੱਲ ਕਰੀਏ ਤਾਂ ਉਹ 3.4 ਦਾ ਸਮਾਂ ਹੋ ਜਾਵੇਗਾ ਠੀਕ ਹੈ ਤੇ ਜੇਕਰ ਆਪਾਂ ਜਿਹੜਾ ਵੈਸਟ ਦੀ ਗੱਲ ਕਰੀਏ ਵੈਸਟ ਵਾਲੀ ਸਾਈਡ ਤੇ ਉਹ ਮੀਨਸ ਹੋਵੇਗਾ ਜਿਵੇਂ 2 ਵਜੇ ਆ ਤੇ ਜੇਕਰ ਇੱਕ ਡਗਰੀ ਅੱਗੇ ਉਹ ਆਪਾਂ ਜਾਣਦੇ ਆ ਤਾਂ ਇਹਦਾ ਜਿਹੜਾ ਮਤਲਬ ਹੈ ਇੱਕ 1 ਵਜੇ 56 ਮਿੰਟ ਹੋਵੇਗਾ ਠੀਕ ਹੈ ਜੀ 1 ਵਜੇ ਜਿਹੜਾ 56 ਮਿੰਟ ਆ ਉਹ ਹੋਵੇਗਾ ਕਿਉਂਕਿ ਇਹਦੇ ਵਿੱਚ ਜਿਹੜਾ ਮੀਨਸ ਹੈ ਉਹ ਹੁੰਦਾ ਹੈ ਠੀਕ ਹੈ ਜੀ ਇਹਦੇ ਵਿੱਚ ਮੀਨਸ ਹੋਵੇਗਾ ਤੇ ਇਹਦੇ ਵਿੱਚ ਜਿਹੜਾ ਪਲੱਸ ਹੈ ਉਹ ਹੋਵੇਗਾ ਚਿਚਾ ਜੀ ਚਲੋ ਜੀ ਅਗੇ ਨੈਕਸਟ ਆਜੋ ਜੀ ਈਸਟ ਪੂਰਬ ਵਾਲੇ ਸਾਈਡ ਜਿਹੜਾ ਸਮਾਂ ਹੈ ਉਹ ਪਲੱਸ ਹੁੰਦਾ ਹੈ ਤੇ ਵੈਸਟ ਵਾਲੀ ਸਾਈਡ ਹੈ ਜਿਹੜਾ ਉਹ ਮਾਈਨਸ ਹੈ ਉਹ ਹੁੰਦਾ ਹੁਣ ਭਾਰਤ ਦਾ ਜਿਹੜਾ ਸਮਾਂ ਹੈ ਉਹ ਕਿਵੇਂ ਕੱਟਣਾ ਠੀਕ ਹੈ ਜੀ ਉਹਦੀ ਆਪਾਂ ਗੱਲ ਕਰ ਲੈਣੀ ਹੈ ਤੁਹਾਨੂੰ ਪਤਾ ਹੈ ਜੀ ਇੱਥੇ ਜੀ ਐਮਟੀ ਪੁਆਇੰਟ ਹੈ ਏ 0 ਡਿਗਰੀ ਤੇ ਠੀਕ ਹੈ ਜੀ 0 ਡਿਗਰੀ ਨੂੰ ਮੰਨ ਕੇ ਚੱਲਣਾ ਟਾਈਮ ਇੱਥੇ ਜਿਹੜਾ ਜਿਹੜਾ ਕੋਈ ਵੀ ਹੋ ਸਕਦਾ ਠੀਕ ਹੈ ਪਰ ਇਸ 0 ਡਿਗਰੀ ਤੇ ਹੈ ਹੁਣ ਸਭ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਉਸ ਕੰਟਰੀ ਦਾ ਜਿਹੜਾ ਏ ਉਹ ਪਤਾ ਹੋਣਾ ਚਾਹੀਦਾ ਪੁਆਇੰਟ ਪਤਾ ਹੋਣਾ ਚਾਹੀਦਾ ਕਿ ਉਹ ਕਿੰਨੀ ਡਿਗਰੀ ਤੇ ਆਉ। ਜੇਕਰ ਆਪਾਂ ਜਿਹੜੀ ਹੈ ਗੱਲ ਕਰੀਏ ਤਾਂ ਨੀਚੇ ਜਿਹੜੀ ਹੈ ਵਿਚਕਾਰ ਜਿਹੜਾ ਆ ਜਾਂਦੀ ਹੈ ਜੀ ਇਹ ਆ ਜਾਂਦੀ ਹੈ ਜੀ ਆਪਣੀ ਭੂਮਾਂਧ ਰੇਖਾ ਇੱਥੇ ਆ ਜਾਂਦੀ ਹੈ ਜੀ ਆਪਣੀ ਕਰਕ ਰੇਖਾ ਇੱਥੇ ਆ ਜਾਂਦੀ ਹੈ ਜੀ ਆਪਣੀ ਮਕਰ ਰੇਖਾ ਠੀਕ ਹੈ ਜੀ ਹੁਣ ਇੰਡੀਆ ਆਪਣਾ ਜਿਹੜਾ ਰਹਿ ਜਾਂਦਾ ਜੀ ਉਹ ਆ ਹੈਗਾ ਜੀ ਇੱਥੇ ਇੰਡੀਆ ਆਪਣਾ ਕਿੱਥੇ ਆ ਜੀ ਇੱਥੇ ਠੀਕ ਹੈ ਜੀ ਹੁਣ ਆਪਾਂ ਇਹਦਾ ਜਿਹੜਾ ਸੈਂਟਰ ਪੁਆਇੰਟ ਕਰਨਾ ਆਈਐਸਟੀ ਜਿਹੜਾ ਪੁਆਇੰਟ ਹੈ ਉਹ ਕੱਢਣਾ ਜੀ ਆਈਐਸਟੀ ਪੁਆਇੰਟ ਠੀਕ ਹੈ ਜੀ ਇਹਦਾ ਜਿਹੜਾ ਭਾਰਤ ਦਾ ਜਿਹੜਾ ਆਪਾਂ ਜੇਕਰ ਪੁਆਇੰਟ ਦੀ ਗੱਲ ਕਰੀਏ ਤਾਂ ਭਾਰਤ ਦਾ ਪੁਆਇੰਟ ਹੈਗਾ ਜੀ 82.5 ਡਿਗਰੀ ਠੀਕ ਹੈ 82.5 ਡਿਗਰੀ ਹੈ ਜੀ ਇਹਦਾ ਆਈਐਸਟੀ ਜਿਹੜਾ ਜਿਹੜਾ ਪੁਆਇੰਟ ਆਈਐਸਟੀ ਜਿਹੜਾ ਇਹਦਾ ਪੁਆਇੰਟ ਸੋ ਇਹਦੇ ਵਿੱਚ ਜੇਕਰ ਆਪਾਂ ਜਿਹੜੀ ਗੱਲ ਹੈ ਉਹ ਕਰੀਏ ਤਾਂ ਸੋ ਇੰਦਾ ਜਿਹੜਾ ਸੈਂਟਰ ਪੁਆਇੰਟ ਜਿਹੜਾ ਉਂਝ ਦਾ ਪਤਾ ਨਹੀਂ ਸੀ ਲੱਗਣਾ ਤਾਂ ਇੱਧਰ ਜਿਹੜਾ ਜੇਕਰ ਗੱਲ ਕਰੀਏ ਤਾਂ ਇੱਧਰ ਗੁਜਰਾਤ ਆ ਭਾਰਤ ਦੇ ਤੇ ਇੱਧਰ ਜੇਕਰ ਗੱਲ ਕਰੀਏ ਤਾਂ ਉਰਨਾਚਲ ਪ੍ਰਦੇਸ਼ ਹੈ ਤਾਂ ਇੰਦਾ ਜਿਹੜਾ ਵਿਚਕਾਰ ਵਾਲਾ ਜਿਹੜਾ ਉਹ ਚੱਕ ਲਿਆ ਠੀਕ ਹੈ ਵਿਚਕਾਰ ਜਿਹੜਾ ਉਹ ਚੱਕ ਲਿਆ ਇਹ ਵੇਖ ਲਿਆ ਉਰਨਾਚਲ ਕਿੰਨੇ ਡਿਗਰੀ ਤੇ ਆ ਠੀਕ ਹੈ ਤੇ ਗੁਜ ਈਸਟ ਆ ਵਾਲਾ ਜਿਹੜਾ ਕਿੰਨੇ ਡਿਗਰੀ ਤੇ ਆ ਤੇ ਇਹਨਾਂ ਨੇ ਜਦੋਂ ਮੈਨਸ ਕਰ ਦਿੱਤਾ ਨਾ ਤੇ ਇੱਥੋਂ ਜਿਹੜਾ ਇਹਦਾ ਜਿਹੜਾ ਇੱਕ ਸੈਂਟਰ ਪੁਆਇੰਟ ਨਿਕਲ ਆਇਆ ਜਿਵੇਂ 97 ਦੇ 97 ਦੇ ਵਿੱਚੋਂ ਜਿਹੜਾ ਹੈ ਠੀਕ ਹੈ ਜੀ ਇਧਰ ਨਾਚਰ ਪ੍ਰਦੇਸ਼ ਹੈ ਇਧਰੋਂ ਜਿਹੜਾ ਗੁਜਰਾਤ ਹੈ ਚਲੋ ਮੈਂ ਤੁਹਾਨੂੰ ਇਹ ਬਾਅਦ ਵਿੱਚ ਦੱਸਦੀ ਹਾਂ ਬਸ 330 ਨੂੰ 60 ਤੇ ਜਿਹੜਾ ਇਹਨੂੰ ਜਿਹੜਾ ਤੁਸੀਂ ਭਾਗ ਦੇ ਦੋਗੇ ਤਾਂ 5 ਘੰਟੇ 30 ਮਿੰਟ ਬਣ ਜਾਣਗੇ ਠੀਕ ਹੈ ਹੁਣ ਜੇਕਰ GMT ਇੰਗਲੈਂਡ ਦੇ ਸਮੇਂ ਦੀ ਆਪਾਂ ਗੱਲ ਕਰੀਏ ਤਾਂ ਉੱਥੇ ਜਿਹੜੇ ਆ ਉਹ ਜਿਹੜੇ ਆ 3 ਵਜੇ ਆ ਠੀਕ ਹੈ ਤਾਂ 3 ਵਜੇ ਆ ਇੰਗਲੈਂਡ ਦੇ ਉਸੇ GMT ਪੁਆਇੰਟ ਤੇ ਉੱਥੇ ਇੰਗਲੈਂਡ ਦਾ ਸਮਾਂ 3 ਹੈ ਹੁਣ ਇੰਡੀਆ ਦਾ ਆਪਾਂ ਨੂੰ ਪਤਾ ਲੱਗ ਗਿਆ ਵੀ ਉਹ ਇੰਡੀਆ ਦਾ ਜਿਹੜਾ ਸਮਾਂ ਹੈ ਉਹ 5 ਘੰਟੇ 30 ਮਿੰਟ ਪਲੱਸ ਦੇ ਵਿੱਚ ਤਾਂ ਆਪਾਂ ਕੀ ਕਰਾਂਗੇ 3 ਦੇ ਵਿੱਚ 5 ਘੰਟੇ 30 ਮਿੰਟ ਜੋੜ ਦਾਂਗੇ ਤਾਂ ਆਪਾਂ ਨੂੰ ਪਤਾ ਲੱਗੇਗਾ ਕਿ ਇੰਡੀਆ ਦਾ ਦੇ ਵਿੱਚ ਜਿਹੜਾ ਸਮਾਂ ਹੈ ਉਹ 8 8 ਵਜੇ 30 ਮਿੰਟ ਹੋਏ ਨੇ ਠੀਕ ਹੈ ਇੰਡੀਆ ਦਾ ਸਮਾਂ ਕਿੰਨਾ ਜੀ 8 ਵਜੇ 30 ਮਿੰਟ ਹੋਇਆ ইংল্যান্ড ਦਾ ਸਮਾਂ 3 ਸੀ ਦਾ ਇੰਡੀਆ ਦਾ ਸਮਾਂ ਕਿੰਨਾ ਜੀ 8:30 ਵਜੇ ਨੇ ਠੀਕ ਹੈ ਕਿਉਂਕਿ ਭਾਰਤੀ ਸਾਈਡ ਤੇ ਇਸ ਕਰਕੇ ਜਿਹੜਾ ਪਲੱਸ ਹੈ ਇਹ ਹੋਇਆ ਤੇ ਜੇਕਰ ਉਹਦਰ ਵੈਸਟ ਵਾਲੀ ਸਾਈਡ ਤੇ ਹੁੰਦਾ ਫਿਰ ਮੈਨਸ ਹੋਣਾ ਸੀਗਾ ਹੁਣ ਗੱਲ ਅੱਗੇ ਆ ਜਾਂਦੀ ਹੈ ਜੀ ਭਾਰਤ ਦਾ ਜਿਹੜਾ IST ਇੰਡੀਅਨ ਸਟੈਂਡਰਡ ਜਿਹੜਾ ਟਾਈਮ ਹੈ ਪੁਆਇੰਟ ਹੈ ਇਹ ਹੈ ਕਿੱਥੇ ਆ ਠੀਕ ਹੈ ਆਪਾਂ ਗੱਲ ਕੀਤੀ ਸੀ ਨਾ ਇੱਕ ਪਾਸੇ ਗੁਜਰਾਤ ਹੈ ਇੱਕ ਪਾਸੇ ਨਰਚਲ ਪ੍ਰਦੇਸ਼ ਹੈ ਇਹਨਾਂ ਦੀ ਡਿਗਰੀ ਤੇ ਇਹਨੇ ਡਿਗਰੀ ਨੂੰ ਆਪਾਂ ਜਿਹੜਾ ਪਲੱਸ ਕਰਕੇ ਦੋ ਤੇ ਵੰਡ ਕੇ ਇੱਕ ਜਿਹੜਾ ਸੈਂਟਰ ਪੁਆਇੰਟ ਕੱਢਿਆ ਸੀ 82.5 ਇਹ ਵਾਲਾ ਜਿਹੜਾ ਪੁਆਇੰਟ ਸੀ ਇਹ ਹੈ ਕਿੱਥੇ ਆ ਤਾਂ ਇਹ ਕਿੱਥੇ ਆ ਜੀ ਭਾਰਤ ਦਾ IST ਪੁਆਇੰਟ ਕਿੱਥੇ ਆ ਇਹ UP ਦੇ ਵਿੱਚ ਉੱਤਰ ਪ੍ਰਦੇਸ਼ ਦੇ ਅਲਾਹਾਬਾਦ ਦੇ ਵਿੱਚ ਹੈ UP ਦਾ ਜਿਹੜਾ ਅਲਾਹਾਬਾਦ ਹੈ ਅਲਾਹਾਬਾਦ ਦੇ ਵਿੱਚ ਜਿਹੜਾ ਮਿਰਜ਼ਾਪੁਰ ਦੇ ਵਿੱਚ ਹੈ ਮਿਰਜ਼ਾਪੁਰ ਦੇ ਵਿੱਚ ਇਹ ਨੈ ਨੈਣੀ ਦੇ ਵਿੱਚ ਠੀਕ ਹੈ ਨੈਣੀ ਕੋਈ ਪਿੰਡ ਵਗੈਰਾ ਵਿੱਚ ਹੋ ਗਿਆ ਠੀਕ ਹੈ UP ਦਾ ਅਲਾਹਾਬਾਦ ਹੈ ਠੀਕ ਹੈ UP ਦਾ ਇੱਕ ਅਲਾਹਾਬਾਦ ਸਟੇਟ ਹੈ ਉਹਦੇ ਵਿੱਚ ਜਿਹੜਾ ਮਿਰਜ਼ਾਪੁਰ ਹੈ ਤਾਂ ਮਿਰਜ਼ਾਪੁਰ ਦੇ ਵਿੱਚ ਜਿਹੜਾ ਇੱਕ ਜਿਹੜਾ ਲਗਾ ਲਓ ਇੱਕ ਨੈਣੀ ਜਿਹੜਾ ਇੱਕ ਪਿੰਡ ਜਾਕ ਕਸਬਾ ਲਗਾ ਲਓ ਉੱਥੇ ਜਿਹੜਾ ਭਾਰਤ ਦਾ ਆਈਐਸਟੀ ਪੁਆਇੰਟ ਹੈ 82.5 ਡਿਗਰੀ ਜਿੰਨੂੰ ਮੰਨਿਆ ਗਿਆ ਹੈ ਠੀਕ ਹੈ ਜੀ ਕਲੀਅਰ ਹੈ ਤੁਹਾਨੂੰ ਸਾਰੀ ਗੱਲ ਹੁਣ ਆਪਾਂ እንਦੀਏ ਜਿਹੜੀ ਇੱਕ ਕੁਇਕ ਰਿਵੀਜ਼ਨ ਉਹ ਮਾਰਦੇ ਆ ਸੋ ਕੁਇਕ ਰਿਵੀਜ਼ਨ ਹਾਂਜੀ ਜਿਹੜਾ ਉਹ 5 ਘੰਟੇ 30 ਮਿੰਟ ਕੱਢੇ ਸੀਗੇ ਤਾਂ ਉਹ ਜਿਹੜਾ ਦੇਖ ਲਓ ਤੁਸੀਂ ਕਿਵੇਂ ਕੱਢੇ ਸੀਗੇ ਜੀ ਪਹਿਲਾਂ ਤਾਂ 82.5 ਨੂੰ 4 ਤੇ ਆਪਾਂ ਮਲਟੀਪਲਾਈ ਕਰਤਾ 330 ਮਿੰਟ ਬਣ ਗਏ ਸੀ ਫਿਰ ਇਹਨਾਂ ਨੂੰ ਕਨਵਰਟ ਕੀਤਾ ਸੀ ਆਪਾਂ ਜਿਹੜਾ ਘੰਟਿਆਂ ਦੇ ਵਿੱਚ ਕਰਨਾ ਸੀ ਤਾਂ 330 ਨੂੰ 60 ਤੇ ਜਿਹੜਾ ਭਾਗ ਕਰ ਦੋ ਤੇ 5 ਘੰਟੇ 30 ਮਿੰਟ ਬਣ ਗਏ ਸੀ ਠੀਕ ਹੈ ਸੌਖਾ ਹੀ ਹੈ ਜੀ ਮਿੰਟ ਨੂੰ ਜਦੋਂ ਘੰਟਿਆਂ ਦੇ ਵਿੱਚ ਕਨਵਰਟ ਕਰਨਾ ਹੁੰਦਾ ਤਾਂ ਇਦਾਂ ਜਿਹੜਾ ਉਹਨੂੰ ਵੰਡ ਕੇ ਆਪਾਂ ਕਰ ਸਕਦੇ ਹਾਂ ਠੀਕ ਹੈ ਜੀ ਚਲੋ ਜੀ ਅੱਗੋ ਆਜੋ ਜੀ ਨੈਕਸਟ ਓਨ ਹੁਣ ਆਪਾਂ ਇੰਦੀ ਜਿਹੜੀ ਇੱਕ ਕਵਿਕ ਰਿਵੀਜ਼ਨ ਜਿਹੜੀ ਮਾਰ ਲੈਣੀ ਆ ਜਿੰਦੇ ਨਾਲ ਜਿਹੜਾ ਤੁਹਾਨੂੰ ਜਿਹੜਾ ਪਤਾ ਏ ਉਹ ਜਿਹੜਾ ਲੱਗ ਜੂਗਾ ਸਾਰੇ ਦਾ ਸਾਰਾ ਹੀ ਇੱਕ ਵਾਰੀ ਜਿਹੜਾ ਕਲੀਅਰ ਹੈ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਹੋ ਜਾਣੀਆਂ ਨੇ ਸੋ ਆਪਾਂ ਜਿਹੜਾ ਪੜਿਆ ਪੜ ਰਹੀ ਸੀ ਇਹਦੇ ਵਿੱਚ ਗਲੋਬ ਦੇ ਬਾਰੇ ਦੇ ਵਿੱਚ ਪੜਿਆ ਸੀ ਜੀ ਐਮਟੀ ਪੁਆਇੰਟ ਕਿੱਥੇ ਆ ਜੀ ਲੰਡਨ ਦੇ ਵਿੱਚ ਜਿਹਨੂੰ ਇੰਟਰਨੈਸ਼ਨਲ ਜਿਹੜਾ ਟਾਈਮ ਜ਼ੋਨ ਵੀ ਜਿਹੜਾ ਕਿਹਾ ਦਿੱਤਾ ਜਾਂਦਾ ਠੀਕ ਹੈ ਇਧਰ ਵਾਲਾ ਜਿਹੜਾ ਪਾਸਾ ਪੂਰਬ ਵਾਲਾ ਈਸਟੂ ਵਾਲਾ ਪਾਸਾ ਇਹ ਪਲੱਸ ਹੁੰਦਾ ਹੈ ਇਧਰ ਵਾਲਾ ਜਿਹੜਾ ਵੈਸਟ ਵਾਲਾ ਪਾਸਾ ਜੀ ਇਹ ਮਾਈਨਸ ਦੇ ਵਿੱਚ ਹੁੰਦਾ ਇਹ ਤੁਹਾਨੂੰ ਜਿਹੜੀਆਂ ਮੇਨ ਮੇਨ ਚੀਜ਼ਾਂ ਪਤਾ ਹੋਣਾ ਚਾਹੀਦੀਆਂ आई आईटी जेड पॉइंट ਦਾ ਪਤਾ ਹੋਣਾ ਚਾਹੀਦਾ ਇੰਟਰਨੈਸ਼ਨਲ ਟਾਈਮ ਜ਼ੋਨਿਆਂ ਦਾ ਮਤਲਬ ਜੀ ਐਮਟੀ ਪੁਆਇੰਟ ਦਾ ਮਤਲਬ ਹੈ ਜੀ ਗ੍ਰੀਨਵਿਚ ਮੈਰੀਡੀਅਨ ਟਾਈਮ ਲਾਈਨ ਠੀਕ ਹੈ ਜੀ ਜੀ ਐਮਟੀ ਪੁਆਇੰਟ ਕਿਥੇ ਲੰਡਨ ਦੇ ਵਿੱਚ ਹੈ ਗਲੋਬ ਦਾ ਪੂਰਾ ਜਿਹੜਾ ਸਰਕਲ ਹੈ ਉਹ 360 ਹੈ ਹਰ ਪੁਆਇੰਟ ਜਿਹੜਾ ਇੱਕ ਡਿਗਰੀ ਦੇ ਹਿਸਾਬ ਦੇ ਨਾਲ ਮੂਵ ਹੁੰਦਾ ਹੈ ਤੇ ਇੱਕ ਡਿਗਰੀ ਦਾ ਮਤਲਬ ਹੋਏਗਾ ਜੀ 4 ਮਿੰਟ ਠੀਕ ਹੈ 4 ਮਿੰਟ ਦਾ ਵਾਧਾ ਜਾਂ ਘਟਾ ਠੀਕ ਹੈ ਜੀ ओके ਭਾਰਤ ਗਲੋਬ ਦੇ ਕਿੰਨੇ ਡਿਗਰੀ ਤੇ ਆ ਜੀ 82.5 ਡਿਗਰੀ ਤੇ ਆ ਜੀ ਇਹ ਕਿੱਥੇ ਆ ਜੁਪੀ ਦੇ ਵਿੱਚ ਐ ਐਮ ਐਮ ਦਾ ਜਿਹੜਾ ਬਾਦ ਹੈ ਉਹਦੇ ਵਿੱਚ ਜਿਹੜਾ ਨਿਆਣਾ ਦੇ ਵਿੱਚ ਹੈ ਮਿਰਜ਼ਾਪੁਰ ਦੇ ਜਿਹੜਾ ਨਿਆਣਾ ਦੇ ਵਿੱਚ ਹੈ ਜੀ ਠੀਕ ਹੈ ਨਿਆਣੀ ਨਿਆਣੀ ਦੇ ਵਿੱਚ ਹੈ ਜੀ ਇਹ ਠੀਕ ਹੈ ਜੀ ਪੁਆਇੰਟ ਭਾਰਤ ਦਾ ਜਿਹੜਾ ਪੁਆਇੰਟ ਹੈ ਜੀ ਉਹ ਜਿਹੜਾ ਪੁਆਇੰਟ ਹੈ ਜੀ ਭਾਰਤ ਦਾ ਡਿਗਰੀ ਉਹ 82.5 ਡਿਗਰੀ ਹੈ ਜੁਪੀ ਦੇ ਵਿੱਚ ਅਮદાવાદ ਦੇ ਵਿੱਚ ਜਿਹੜਾ ਹੈ ਮਿਰਜ਼ਾਪੁਰ ਦਾ ਜਿਹੜਾ ਨੈਣੀ ਦੇ ਵਿੱਚ ਹੈ ਜੀ ਇਹ ਪੁਆਇੰਟ ਠੀਕ ਹੈ ਜੀ ਜਿਹਨੂੰ IST ਜਿਹੜਾ ਪੁਆਇੰਟ ਵੀ ਜਿਹੜਾ ਬੋਲਿਆ ਜਾਂਦਾ ਹੈ ਇਹੰਦਾ ਚਾ ਕਨਫਿਊਜ਼ ਨਹੀਂ ਹੋਣਾ ਇਹ ITZ ਇੰਟਰਨੈਸ਼ਨਲ ਟਾਈਮ ਜ਼ੋਨ ਹੈ ਠੀਕ ਹੈ ਜੀ GMT ਉਹ IST ਹੈ ਇੰਡੀਅਨ ਸਟੈਂਡਰਡ ਟਾਈਮ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਠੀਕ ਹੈ ਡੀਵੀ ਕਿੰਨੀ ਹੈ ਜੀ 82.5 ਡਿਗਰੀ ਠੀਕ ਹੈ ਜੀ ਇਹਨਾਂ ਨੂੰ ਪਤਾ ਹੈ ਜੀ 19ਵੀਂ ਸਦੀ ਵਿੱਚ GMT ਪੁਆਇੰਟ ਲਿਆਂਦਾ ਸੀਗਾ ਠੀਕ ਹੈ ਕਿਉਂਕਿ ਵਪਾਰ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਇਸ ਕਰਕੇ ਪਹਿਲੀ ਜਿਹੜੀ ਮੀਟਿੰਗ ਹੋਈ ਸੀ ਅਕਤੂਬਰ 1884 ਦੇ ਵਿੱਚ ਹੋਈ ਸੀ ਇਹ ਜਿਹੜੀ ਕਾਨਫਰੰਸ ਹੋਈ ਸੀ ਇਹਨੂੰ ਲੈ ਕੇ ਇੰਟਰਨੈਸ਼ਨਲ ਮੈਰੀਡਨ ਕਾਨਫਰੰਸ ਸੀ ਯੂਐਸਾ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਈ ਸੀ GMT ਦਾ ਨਾਮ ਆਪਾਂ ਜਿਹੜਾ ਪਹਿਲਾਂ ਹੀ ਕਰ ਚੁੱਕੇ ਹਾਂ ਜਿਹੜੀ ਇੱਕ ਲਾਈਨ ਲੰਘਦੀ ਹੈ ਗਲੋਬ ਦੇ ਵਿੱਚ ਇਹਨੂੰ ਜਿਹੜੀ ਪ੍ਰਾਈਮ ਜਿਹੜੀ ਟਾਈਮ ਨਾਲ ਸੰਬੰਧ ਜਿਹੜੀ ਲਾਈਨ ਨੂੰ ਪ੍ਰਾਈਮ ਮੈਰੀਡੀਅਨ ਲਾਈਨ ਬੋਲਿਆ ਜਾਂਦਾ ਸੀ ਇਹ ਜਿਹੜੀ ਲਾਈਨ ਸੀ ਇੰਗਲੈਂਡ ਦੇ ਵਿੱਚੋਂ ਲੰਘਦੀ ਹੈ ਗਰੀਨ ਵਿੱਚ ਦੇ ਵਿੱਚੋਂ ਤਾਂ ਇਸ ਕਰਕੇ ਇਹਨੂੰ ਗਰੀਨ ਵਿੱਚ ਮੈਰੀਡਨ ਮੈਰੀਡੀਨ ਜਿਹੜੇ ਲਾਈਨ ਆਪ ਬੋਲਿਆ ਜਾਣ ਲੱਗ ਗਿਆ ਠੀਕ ਹੈ GMT ਦਾ ਨਾਮ ਚੇਂਜ ਉਹ ਕਰ ਦਿੱਤਾ ਗਿਆ ਉਹ UTC ਵੀ ਲਿਆ ਜਾਣ ਲੱਗ ਪਿਆ ਜਿਹਨੂੰ ਕੋਆਰਡੀਨੇਟਡ ਯੂਨੀਵਰਸਲ ਟਾਈਮ ਵੀ ਕਿਹਾ ਜਾਂਦਾ ਜੀ ਠੀਕ ਹੈ ਜੀ ਤਿੰਨ 60 ਡਿਗਰੀ ਦਾ ਜੀ ਆਪਣਾ ਗਲੋਬ ਆਪ ਤੁਹਾਨੂੰ ਦੱਸ ਹੀ ਚੁੱਕਿਆ ਜੀ ਦੂਰੀ ਦੀ ਗੱਲ ਕਰੀਏ ਤਾਂ 1 ਡਿਗਰੀ 111 ਕਿਲੋਮੀਟਰ ਦਾ ਫਰਕ ਜਿਹੜਾ ਪਾ ਦਿੰਦੀ ਹੈ ਤੇ ਸਮੇਂ ਦੀ ਗੱਲ ਕਰੀਏ 1 ਡਿਗਰੀ ਜਿਹੜਾ ਉਹ 4 ਮਿੰਟ ਅੱਗੇ ਪਿੱਛੇ ਹੋ ਜਾਂਦੀ ਹੈ ਠੀਕ ਹੈ ਜੀ ਆ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਆ ਆ ਵੀ ਤੁਹਾਨੂੰ ਪਲੱਸ ਦਾ ਪਤਾ ਲੱਗ ਗਿਆ ਕਿ ਇੱਧਰ ਨੂੰ ਜਿਹੜਾ ਸਮਾਂ ਪਲੱਸ ਹੁੰਦਾ ਤੇ ਇੱਧਰ ਨੂੰ ਮਾਈਨਸ ਹੁੰਦਾ ਭਾਰਤ ਇੱਥੇ ਸੀਗਾ ਤਾਂ ਉਹ 82.5 ਡਿਗਰੀ ਤੇ ਸੀਗਾ ਤੇ 5 ਘੰਟੇ 30 ਮਿੰਟ ਦਾ ਜਿਹੜਾ ਫਰਕ ਹੈ ਉਹ ਪੈਂਦਾ ਜੀਐਮਟੀ ਪੁਆਇੰਟ ਤੋਂ ਇਸ ਕਰਕੇ ਪਲੱਸ ਹੋ ਗਿਆ ਜੇਕਰ ਇੱਥੇ ਕੋਈ ਨਾ ਵੀ ਸਮਾਂ ਹੋਇਆ ਹੋਵੇ ਜੀਐਮਟੀ ਪੁਆਇੰਟ ਦੇ ਇੰਗਲੈਂਡ ਦੇ ਵਿੱਚ ਉਹਦੇ ਵਿੱਚ ਜਿਹੜਾ 5 ਘੰਟੇ 30 ਮਿੰਟ ਜੋੜ ਦਾਂਗੇ ਆਪਾਂ ਤਾਂ ਇੰਡੀਆ ਦਾ ਜਿਹੜਾ ਸਮਾਂ ਹੈ ਉਹ ਨਿਕਲ ਆਉਂਦਾ ਠੀਕ ਹੈ ਜੀ ਆ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸ ਚੁੱਕੀ ਆ ਜੀ ਏ ਵੀ ਦੱਸ ਚੁੱਕੀ ਹਾਂ ਆਈਐਸਟੀ ਪੁਆਇੰਟ ਬੋਲਿਆ ਜਾਂਦਾ ਜਿਹੜਾ ਇੰਡੀਆ ਦਾ ਜਿਹੜਾ ਪੁਆਇੰਟ ਹੈ ਜੀ ਠੀਕ ਹੈ ਡਿਗਰੀ ਲਗਾ ਲਓ ਜਿੰਨੂੰ ਸਭ ਤੋਂ ਪਹਿਲਾਂ ਪੁਆਇੰਟ ਆਪਾਂ ਨੂੰ ਪਤਾ ਹੋਵੇਗਾ ਤਾਂ ਫਿਰ ਜਾ ਕੇ ਜਿਹੜਾ ਆਪਾਂ ਨੂੰ ਸਮੇਂ ਦੇ ਬਾਰੇ ਪਤਾ ਲੱਗਦਾ ਹੈ ਜੀ ਠੀਕ ਹੈ ਜੀ ਆਹ ਵਾਲੀਆਂ ਗੱਲਾਂ ਵੀ ਹੋ ਚੁੱਕੀਆਂ ਨੇ ਹੂੰ ਹੂੰ ਆ ਵੀ ਮੇਰੇ ਅਨੁਸਾਰ ਕੁਝ ਦੱਸ ਚੁੱਕੀ ਹਾਂ ਇੱਕ ਵੀ ਇਹ ਜਿਹੜਾ ਇੱਕ ਜਿਹੜਾ ਸਮ ਦੇ ਰੂਪ ਦੇ ਵਿੱਚ ਹੈ ਠੀਕ ਹੈ ਜੀ ਸੋ ਇਹ ਸੀਗਾ ਜੀ ਆਪਣੇ ਨੋਟਸ ਸਮੇਂ ਦੇ ਨਾਲ ਸੰਬੰਧਤ ਟਾਈਮ ਦੇ ਨਾਲ ਸੰਬੰਧਤ ਠੀਕ ਹੈ ਜੋ ਕਿ ਆਪਾਂ ਗਲੋਬ ਤੋਂ ਜਿਹੜਾ ਸਮਝਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ ਨੌਲਿਸ ਦੇ ਨਾਮ ਮੇਰਾ ਤੁਹਾਨੂੰ ਜਿਹੜਾ ਮਕਸਦ ਹੈ ਜਾਂ ਤਾਂ ਜੋ ਤੁਹਾਡੀ ਹੈਲਪ ਹੋ ਸਕੇ ਸੋ ਵੀਡੀਓ ਵਧੀਆ ਲੱਗੀ ਹੈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਜੇਕਰ ਹਾਇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ ਸੋ ਇਥੇ ਅਮਦਾਬਾਦ ਨਹੀਂ ਇੱਕ ਮੈਂ ਯੂਪੀ ਦੇ ਅਲਾਹਾਬਾਦ ਹੈ ਠੀਕ ਹੈ ਅਮਦਾਬਾਦ ਬੋਲ ਕੇ ਮੈਂ ਅਲਾਹਾਬਾਦ ਹੈ ਸੋ ਇਸੀ ਨੂੰ ਜਿਹੜਾ ਕਰ ਲਓ ਸਹੀ ਠੀਕ ਹੈ ਜੀ ਮੈਨੂੰ ਇਹ ਲੱਗ ਰਿਹਾ ਸੀ ਅਲਾਹਾਬਾਦ ਹੈ ਜੀ ਠੀਕ ਹੈ ਜੀ ਜੁਪੀ ਦੇ ਅਲਾਹਾਬਾਦ ਮਿਰਜ਼ਾਪੁਰ ਨੈਣਾ ਦੇ ਵਿੱਚ ਠੀਕ ਹੈ ਅਲਾਹਾਬਾਦ ਹੈ ਓਕੇ ਜੀ ਠੀਕ ਹੈ ਜੀ ਥੈਂਕਸ ਫਾਰ